ਕਿਸੇ ਮਾਂ ਦਾ ਪੁੱਤ ਆਈ ਮਾਰ ਦਿੰਦੇ ਆ। ਪਤਾ ਮਾਂ ਪਹਿਲਾਂ ਉਹਨਾਂ ਦੀ ਵੇਟ ਕਰਦੀ ਹੈ, ਮੇਰੇ ਬੱਚਾ ਹੋਊਗਾ, ਬੱਚਾ ਹੁੰਦਾ 9 ਮਹੀਨੇ, ਉਹ ਪਾਲਦੀ ਆ ਉਹਨੂੰ ਕੁੱਖ ਦੇ ਵਿੱਚ। ਤੁਸੀਂ 1 ਮਿੰਟ ਸਕਿੰਟ ਲਾਉਂਦੇ ਹੋ ਖਤਮ ਕਰਨ ਲੱਗੇ, ਤੁਸੀਂ ਸਕਿੰਟ ਲਾਉਂਦੇ ਹੋ ਲੋਕ। ਮੈਂ ਕੁਛ ਨਹੀਂ ਕਹਿ ਸਕਦੀ, ਮੈਂ ਕੁਛ ਨਹੀਂ, ਦਿਲ ਰੋਂਦੇ ਦਿਲ ਅੰਦਰੋਂ। ਲੋਕ ਹੱਸ ਰਹੇ ਆ, ਸਾਡੇ ਅੰਦਰੋਂ ਦਿਲ ਰੋਂਦੇ ਆ। ਜਿਨ੍ਹਾਂ ਨੇ ਦੁੱਖ ਦੇਖੇ ਹੋਏ ਆ ਉਹਨਾਂ ਨੂੰ ਪਤਾ ਹੁੰਦਾ ਵੀ ਦੁੱਖ ਕੀ ਚੀਜ਼ ਹੈ। ਅੱਜ ਜਿਹੜੀ ਮਾਂ 'ਤੇ ਬੀਤ ਰਹੀ ਆ ਉਹ ਅਸੀਂ ਦੇਖ ਚੁੱਕੇ ਹਾਂ। ਭਗਵੰਤ ਮਾਨ ਜਿਸ ਦਿਨ ਡੈਥ ਹੋ ਗਈ ਉਹਨੂੰ ਪਤਾ ਚੱਲ ਗਿਆ ਵੀ ਸਿੱਧੂ ਮੂਸੇਵਾਲਾ ਮਾਰਿਆ ਗਿਆ। ਦੂਸਰੇ ਦਿਨ ਉਹ ਦਿੱਲੀ ਜਾ ਰਿਹਾ, ਕੀ ਕਰਨ ਜਾ ਰਿਹਾ ਦਿੱਲੀ? ਪੰਜਾਬ 'ਚ ਸਰਨਾਟਾ ਛਾ ਰਿਹਾ ਹੈ, ਨਹਿਰ ਪੈ ਰਿਹਾ, ਤੁਸੀਂ ਦੱਸੋ ਪੰਜਾਬ 'ਚ ਨਹਿਰ ਪੈ ਗਿਆ ਅਤੇ ਉਹਨੂੰ ਦਿੱਲੀ ਜਾਣਾ ਸੋਹਣਾ ਤਾਂ ਲੱਗਦਾ ਸੀ? ਸਿੱਧੂ ਬਾਈ ਨਾਲ ਬਹੁਤ ਨੇੜਤਾ ਸੀ, ਮੇਰੀ ਪਰਿਵਾਰਕ ਨੇੜਤਾ ਸੀ, ਠੀਕ ਹੈ ਜੀ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੱਦਾਂ ਸੀਗੀ ਨੇੜਤਾ, ਠੀਕ ਹੈ, ਪਰ ਇਹ ਬੰਦਾ ਦਿਲ ਦਾ ਮਾੜਾ ਨਹੀਂ ਸੀ, ਠੀਕ ਹੈ। ਜਿੰਨੀ ਵਾਰ ਵੀ ਸਾਡੇ ਨਾਲ ਮਿਲਿਆ ਕਦੀ ਇਹਨੇ ਕੋਈ ਮਤਲਬ ਵੀ ਹਮੇਸ਼ਾ ਡਾਊਨ ਟੂ ਅਰਥ ਰਹਿਣਾ ਇਸ ਬੰਦੇ ਨੇ, ਔਰ ਇਸ ਬੁਲੰਦੀ 'ਤੇ ਆ ਕੇ ਬੰਦੇ ਦਾ ਵੈਸੇ ਦਿਮਾਗ ਖਰਾਬ ਹੋ ਜਾਂਦਾ। ਜਿਸ ਬੁਲੰਦੀ 'ਤੇ ਥਾ ਬਾਈ, ਉਹਨਾਂ ਨੇ ਸਰੀਰ ਤਾਂ ਇਹਦਾ ਖਤਮ ਕਰਤਾ, ਪਰ ਇਹਨੂੰ ਦਿਲਾਂ 'ਚੋਂ ਕਿੱਦਾਂ ਕੱਢਣਗੇ ਇਹਨੂੰ, ਠੀਕ ਹੈ ਨਾ। ਜਿਨ੍ਹਾਂ ਦੇ ਦਿਲਾਂ 'ਚ ਵੱਸਦਾ, ਤੁਸੀਂ ਦੇਖਿਆ ਹੀ ਹੋਣਾ ਇਕੱਠ, ਜਿੰਨਾ ਇਕੱਠ ਇਹਦੀ ਅੰਤਿਮ ਯਾਤਰਾ 'ਤੇ ਸੀਗਾ। ਅੱਜ ਭਗਵੰਤ ਮਾਨ ਜੀ ਇੱਥੇ ਆਏ ਹੈ 5 ਦਿਨ ਬਾਅਦ, ਤੁਸੀਂ ਇਹ ਦੇਖੋ ਜਿਸ ਮਾਂ ਦਾ ਪੁੱਤ ਮਰਿਆ ਹੈ, ਉਰੇ ਸਾਰਾ ਪੰਜਾਬ ਹਿੰਦੁਸਤਾਨ ਤੋਂ ਹੀ ਬੰਦੇ, ਮਤਲਬ ਵਰਲਡ ਵਾਈਡ ਬੰਦੇ ਆਏ ਹੋਏ ਸੀਗੇ। ਕੀ ਸਾਡੇ ਸਟੇਟ ਦੇ CM ਦਾ ਫਰਜ਼ ਨਹੀਂ ਬਣਦਾ ਸੀ, ਠੀਕ ਹੈ, ਵੀ ਉੱਥੇ ਪਹਿਲਾਂ ਪਹੁੰਚਦਾ? ਪੰਜਾਬ ਦੇ ਵਿੱਚ ਉਹ ਤਾਂ ਬਹੁਤ ਕੁਛ ਕਹਿੰਦਾ ਸੀ ਵੀ ਇੱਕ ਕੈਂਸਰ ਹਸਪਤਾਲ ਬਣਨਾ ਚਾਹੀਦਾ, ਸਟੇਡੀਅਮ ਚੰਗੇ ਹੋਣ, ਇੱਕ ਯੂਨੀਵਰਸਿਟੀ ਹੋਵੇ ਮਾਨਸਾ 'ਚ। ਉਹ ਤਾਂ ਬਹੁਤ, ਉਹਦੀ ਸੋਚ ਤਾਂ ਬਹੁਤ ਉੱਚੀ ਸੀ, ਠੀਕ ਹੈ ਨਾ। ਨਾ ਹੀ ਉਹਨੇ ਸੋਚਿਆ ਜਿੰਨੀ ਵੀ ਸੋਚ ਸੀ ਇਹ ਪੂਰੀਆਂ ਕਰ ਸਕਦੇ ਨੇ।